हेलो, मेरा नाम चौधरी राजेंद्र निजर हैगा ते मैं पंडूरी निजरा दा जट हैगा। बानी ते क्रिश्चियनिटी ते रियल इस्लाम जिहड़ा कि शरिया फ्री हैगा, सूरज दा चंद तारे दा नहीं, उहदा इस सतगुरु नानक देव ने भी प्रचार किया, जीसे ने भी प्रचार किया। ये जिहड़ा इस्लाम हैगा नकली हैगा, इहदी जरूरत पई सी जदों ਜੂ ਜਿਹੜੇ ਸੀਗੇ ਚਰਚ 'ਚ ਵੜ ਗਏ ਸੀ ਅਤੇ ਇਹਨਾਂ ਨੇ ਚਰਚ ਦੀ ਬਰਬਾਦੀ ਕਰ ਦਿੱਤੀ ਸੀਗੀ, ਲੋਕਾਂ ਨੂੰ ਮਾਰਨ ਲੱਗ ਪਏ ਸੀਗੇ। ਫਿਰ ਇਹ ਮੁਹੰਮਦ ਸਾਹਿਬ ਨੇ ਡੰਡਾ ਚੱਕਿਆ ਅਤੇ ਇਹਨਾਂ ਨੂੰ ਸੁਧਾਰਿਆ। ਇਹ ਠੀਕ ਸੀ, ਪਰ ਜਦੋਂ ਮੁੱਲਾ ਬੇਈਮਾਨ ਹੋ ਗਿਆ, ਰਿਸ਼ਵਤ ਲੈਣ ਲੱਗ ਪਿਆ, ਫਿਰ ਇਹ ਖਰਾਬ ਹੋ ਗਿਆ। ਫਿਰ ਨਾਨਕ ਆਇਆ, ਉਹਨਾਂ ਨੇ ਫਿਰ ਸੂਰਜ ਦੇ ਇਨਸ਼ੱਲਾ ਦਾ ਇਸਲਾਮ ਦਾ ਪ੍ਰਚਾਰ ਕੀਤਾ, ਜਿਹੜਾ ਕਿ ਜੀਜ਼ ਨੇ ਵੀ ਕੀਤਾ ਸੀਗਾ। ਇੱਥੇ ਮੈਂ ਕਰ ਰਿਹਾ ਹੈਗਾ ਸੋਰਠ ਮਹੱਲਾ ਪੰਜਵਾਂ, ਸਤਿਗੁਰੂ ਅਰਜਨ ਦੇਵ ਜੀ। ਸਤਿਗੁਰੂ ਅਰਜਨ ਦੇਵ ਜੀ ਚੌਥੀ ਚਿੱਤ ਬਿਰਤੀ ਦੇ ਸਿੱਖ ਸਨ। ਯਾਨੀ ਕਿ ਆਹ ਚਾਰਟ ਹੈਗਾ ਨਾ ਜਿਹੜਾ, ਇਹ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ, ਇਹਦੀ ਕਾਪੀ ਕਰ ਲਓਗੇ ਸਾਰੀ ਸਮਝ ਆ ਜਾਏਗੀ ਤੁਹਾਨੂੰ। ਕ੍ਰਿਸਚੈਨਿਟੀ ਸਿੱਖਿਸਮ ਸਾਰੇ ਇਹ ਹੈਗਾ ਨਾ, ਹੋਮੇ ਮਨ ਬੁੱਧੀ ਅਤੇ ਚਿੱਤ ਬਿਰਤੀ। ਹੋਮੇ ਦਾ ਇਲਾਜ ਕੀਤਾ ਸਤਿਗੁਰੂ ਅੰਗਦ ਦੇਵ ਜੀ ਨੇ, ਅਤੇ ਮਨ ਦਾ ਜਿਹੜਾ ਕਿ ਮਨਮੁੱਖ ਆਦਮੀ ਬਣਦਾ ਨਾ, ਇੱਥੇ ਦੁਬਦਾ ਛੁੰਦਾ ਆਦਮੀ ਅਕਾਲ ਪੁਰਖ ਦੀ ਮਾਇਆ ਵੱਲ ਜਾਵਾਂ ਕਿ ਦੁਨਿਆਵੀ ਮਾਇਆ ਵੱਲ ਜਾਵਾਂ, ਮਨਮੁੱਖ ਬਣਾ ਕਿ ਗੁਰਮੁਖ ਬਣਾ, ਇਹਦਾ ਇਲਾਜ ਕੀਤਾ ਸਤਿਗੁਰੂ ਅਮਰਦੇਵ ਜੀ ਨੇ। ਦੁਬਦਾ ਭੰਨੀ ਉਹਨਾਂ ਨੂੰ ਯਕੀਨ ਕਰਾਇਆ ਕਿ ਇਹ ਠੀਕ ਹੈਗਾ। ਜਿਹੜੇ ਗੁਰਮੁਖ ਹੈਗੇ ਨੇ ਇਹ ਫਿਰ ਹੋਮੇ ਮਨ ਬੁੱਧੀ, ਬੁੱਧੀ ਦੇ ਹਿਸਾਬ ਨਾਲ ਚੱਲਦੇ ਨੇ, ਇਹ ਆਪਣੀ ਚਤਰਾਈ ਨਹੀਂ ਕਰਦੇ, ਉਹਦੇ ਭਾਣੇ ਦੇ ਚੱਲਦੇ ਨੇ। ਉਹ ਗੁਰ ਗੁਰ ਜਿਹੜਾ ਹੈਗਾ ਢੰਗ ਹੁੰਦਾ, ਸਤਿਗੁਰੂ ਜਿਹੜਾ ਸਤ ਦਾ ਢੰਗ ਜਾਣੇ, ਉਹ ਗੁਰੂ ਉਹ ਚਾਨਣ ਦੇਣ ਵਾਲਾ, ਉਹ ਤੁਹਾਡੇ ਅੰਦਰ ਬੈਠਾ ਹੈਗਾ। ਅੰਤਰ ਸਤਿਗੁਰੂ ਰਾਧੀਏ ਜੀਵਾ ਜੱਪੇ ਨਾਮ, ਇਹਨੂੰ ਕ੍ਰਿਸਚੈਨਿਟੀ ਜੀ ਕਹਿੰਦੇ ਇਨਰ ਮੈਨ, ਕ੍ਰਾਈਸਟ। ਨੋ ਕ੍ਰਾਈਸਟ ਇਨ ਯੋਰ ਹਾਰਟ, ਨੋ ਗੋਸਪਲ। ਇਹ ਫਿਰ ਹੈਗਾ ਇੱਥੇ ਤੇ ਤਾਂ ਆਦਮੀ ਪਹੁੰਚ ਜਾਂਦਾ ਗੁਣ ਗਾਉਂਦਾ, ਇੱਥੇ ਪਹੁੰਚਣਾ ਜਿਹੜਾ ਹੈਗਾ ਅਕਾਲ ਪੁਰਖ ਜੇ ਚੱਕੇ ਇੱਥੇ ਲਿਆਵੇ ਤਦ ਜਾਂਦਾ ਹੈਗਾ, ਆਪਣੀ ਹਿੰਮਤ ਨਾਲ ਨਹੀਂ ਜਾਂਦਾ ਆਦਮੀ, ਉਹਦੀ ਦਇਆ ਨਾਲ। ਜਦੋਂ ਇੱਥੇ ਚਲਾ ਜਾਂਦਾ ਤਾਂ ਉਹਦਾ ਬੁਲਾਰਾ ਬਣ ਜਾਂਦਾ, ਆਪਣੀ ਅਕਲ ਨਹੀਂ ਫਿਰ ਕੰਮ ਕਰਦੀ ਉਹਦੀ। ਸੈਂ ਸਿਆਪਾ ਲੱਖ ਹੋਣ ਤਾਂ ਇੱਕ ਨ ਚੱਲੇ ਨਾਲ, ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾਂ ਪੁਰੀਆਂ ਪਾਰ। ਇੱਥੇ ਹੈਗਾ ਚੁੱਪਿਆਂ ਚੁੱਪ ਨਾ ਹੋਈ ਜੇ ਲਾਏ ਰਹਾਂ ਲਵਤਾਰ, ਇਹ ਹੈਗਾ ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾਰ। ਜਿਹੜਾ ਬੇਮੁੱਖ ਹੈਗਾ, ਜਿਹੜਾ ਹੋਮੇ 'ਚ ਹੈਗਾ, ਉਹਨੂੰ ਸੁਰਤੀ ਨਹੀਂ ਹੁੰਦੀ, ਸੁਰਤੀ ਬਿਨਾਂ ਉਹ ਸ਼ਬਦ ਦੀ ਪਛਾਣ ਨਹੀਂ ਕਰ ਸਕਦਾ। ਇਹ ਹੈਗੀ ਟ੍ਰਿਨਿਟੀ, ਅਤੇ ਇਸ ਨੂੰ ਪਤਾ ਲੱਗ ਜਾਏਗਾ ਸਾਰਾ ਕੁਛ ਤੁਹਾਨੂੰ ਵੀ ਕਿਸ ਤਰ੍ਹਾਂ ਇਹ ਬਾਣੀ ਸਮਝੀ ਦੀ ਹੈਗੀ। ਅੱਜ ਕੱਲ੍ਹ ਇੰਟਰਸਟ ਹੈ ਨਹੀਂਗਾ ਲੋਕਾਂ ਨੂੰ, ਇੱਥੇ ਹੋਏਗਾ ਇੰਟਰਸਟ ਕਿ ਉਹ ਹੁਣ ਦੁਨੀਆਂ ਨੂੰ ਅੱਗ ਲੱਗਣ ਵਾਲੀ ਹੈਗੀ। ਜਿਹੜੀ ਤੁਸੀਂ ਮਿਡਲ ਈਸਟ ਦੇਖ ਰਹੇ ਨਾ, ਸੀਰੀਆ ਦਾ ਹਾਲ, ਘਰ ਕਿੱਦਾਂ ਟੁੱਟੇ ਹੋਏ ਨੇ, ਉਹ ਮਹਿਲ ਜਿਹੜੇ ਹੁੰਦੇ ਸੀ ਸਾਰੇ ਟੁੱਟ ਟੁੱਟ ਗਏ ਨੇ, ਇੱਦਾਂ ਦਾ ਸਾਰੀ ਦੁਨੀਆਂ 'ਚ ਹੋਣਾ ਹੈਗਾ। ਅਤੇ ਜਦੋਂ ਇੰਡੀਆ 'ਚ ਹੋਇਆ ਫਸਾਦ ਹੋਇਆ ਤਾਂ ਉਹ ਜਦ 1947 'ਚ ਹੋਇਆ ਸੀ ਨਾ, ਉਹਦੇ ਨਾਲ ਵੀ ਵੱਧ ਕੇ ਹੋਏਗਾ, ਉਹ ਵੀ ਦੂਰ ਨਹੀਂ ਹੈਗਾ। ਕਿਉਂ ਜਿਹੜੀ ਐਟੋਮਿਕ ਵਾਰ ਲੱਗਣੀ ਹੈਗੀ 2023 ਵਿੱਚ, ਇਹ ਜੀਵ ਜਿਹੜੇ ਹੈਗੇ ਨੇ ਇਹ ਸਪੈਸ਼ਲ ਨੇਸ਼ਨ ਹੈਗੇ ਨੇ, ਅਤੇ ਇਹ ਹੈਗੇ ਨੇ ਡਿਮੋਨਸਟ੍ਰੇਸ਼ਨ ਨੇਸ਼ਨ ਆਫ ਦੀ ਵਰਲਡ। ਅਤੇ ਇਹਨਾਂ ਨੂੰ ਤੁਸੀਂ ਜੇ ਤੁਸੀਂ ਸਮਝੋ ਇਹਨਾਂ ਦੀ ਕਹਾਣੀ, ਇਹਨਾਂ ਦਾ ਜੇ ਹਿਸਟਰੀ ਸਮਝੋ, ਤੁਹਾਨੂੰ ਸਾਰਾ ਕੁਛ ਪਰਲੇ ਪਰਲੇ ਪਤਾ ਲੱਗ ਜਾਏਗਾ। ਅਤੇ ਇਹ ਹੈਗਾ ਹੁਣ ਮੈਂ ਸੋਰਠ ਮਹੱਲਾ ਪੰਜਵਾਂ, ਘਰ ਦੂਜਾ
ਦੁੱਖ ਦੇ ਹਰ ਇੱਕ ਕਮਕਾਰ ਹੈਗਾ, ਇੱਕ ਕਮਕਾਰ ਨਹੀਂ ਇਹਨੂੰ ਪੜ੍ਹਨਾ ਹੈਗਾ, ਇਹ ਹਰੀ ਓਮ ਸ਼ਾਂਤੀ ਤੋਂ ਬਣਿਆ ਹੈਗਾ। ਹਰ ਇੱਕ ਕਮਕਾਰ ਸਤ ਗੁਰ ਪ੍ਰਸਾਦ, ਸੱਤ ਦੋ ਅਰਥਾਂ ਦਾ ਹੈਗਾ, ਸਤ ਗੁਰ, ਸੱਤ ਜਿਹੜਾ ਸੱਚ ਦਾ ਪਿਓ ਹੈਗਾ ਸੱਤ, ਤੇ ਗੁਰ ਹੁੰਦਾ ਢੰਗ। ਕਈ ਦਿਨ ਆ ਸਵਾਲ ਕਰਨਾ, ਆ ਸਵਾਲ ਕਰਨਾ ਇਹਦਾ ਗੁਰ ਕੀ ਹੈਗਾ, ਗੁਰ ਹੈਗਾ ਜਿਹੜਾ ਲੱਭਣ ਦਾ ਨਾ ਅਕਾਲ ਪੁਰਖ ਦੇ ਨਾਮ ਦਾ ਹੈਗਾ ਲੋਜੀਕਲ ਰੀਜ਼ਨਿੰਗ। ਲੋਜੀਕਲ ਰੀਜ਼ਨਿੰਗ ਦਾ ਤੱਤ ਮੂਲ ਨਿਕੀਨ ਦੇ ਪ੍ਰਸਾਦ ਨੂੰ ਕਹਿੰਦਾ ਲੋਗੋ, ਲੋਗੋ ਹੈਗਾ ਹਿਜ ਵਰਡ। ਸਤਿਗੁਰ ਪ੍ਰਸਾਦ ਸਗਲ ਬਨ ਬਨਸਪਤੀ ਬਿਨ ਬਨਸਪਤ ਮੈਂ ਬੇਸੰਤਰ ਸਗਲ ਦੂਧ ਮੈਂ ਜੀਆ। ਸਾਰੀਆਂ ਜਿਹੜੀ ਹੈਗੀ, ਜਿਹੜੀ ਹੈਗੀ ਬੂਟੇ, ਜਿਹੜੀ ਬੂਟੀ ਹੈਗੇ ਬਨਸਪਤੀ ਜਿਹੜੀ ਤੁਸੀਂ ਦੇਖਦੇ ਹੈ, ਚਾਰ ਕਿਸਮ ਦੇ ਹੈਗੇ ਨਾ ਸਰ, ਇਹ ਹੈਗਾ ਉਤਪੁਜ ਅਤੇ ਅੰਡਜ, ਜੇਰਜ ਅਤੇ ਸਵੇਤਜ, ਚਾਰ ਕਿਸਮ ਦੇ। ਉਤਪੁਜ ਜਿਹੜੇ ਜੜੀ ਬੂਟੀਆਂ, ਜਿਹੜਾ ਵੈਜੀਟੇਸ਼ਨ ਹੈਗਾ, ਬਨਸਪਤੀ ਹੈਗੀ, ਉਹਦੇ ਵਿੱਚ ਵੀ ਜਾਨ ਹੈਗੀ। ਇਹ ਸਾਰੀਆਂ ਚੀਜ਼ਾਂ ਜਾਨ, ਜਿਹੜੀਆਂ ਜਾਨ ਨੇ, ਜਿਹਦੀ ਚੀਜ਼ ਹੋਵੇ ਉਹ ਉੱਗਦੀ ਹੈਗੀ, ਉਹ ਵੱਧਦੀ ਹੈਗੀ, ਉਹ ਹਿਲਦੀ ਹੈਗੀ। ਜਿਹੜੀ ਬੇਜਾਨ ਹੋਵੇ ਉਹ ਨਹੀਂ ਹਿਲਦੀ। ਅਤੇ ਉਹਦੇ 'ਚ ਵੀ ਹੈਗਾ ਗਰਮੈਸ਼ ਜਿਹੜੀ ਹੈਗੀ ਨਾ, ਉਹ ਜਾਨ ਦੀ ਹੈਗੀ। ਜਿੱਦਾਂ ਆਪਣੇ ਗਰਮੈਸ਼ ਹੈਗੀ, ਜਿੱਦਾਂ ਚਿਰ ਆਦਮੀ ਜੀਤਾ ਹੈਗਾ, ਜਿਸਮ ਗਰਮ ਹੁੰਦਾ ਹੈਗਾ, ਜਦੋਂ ਮਰ ਜਾਂਦਾ ਉਦੋਂ ਠੰਡਾ ਪੈ ਜਾਂਦਾ। ਅਤੇ ਇਸੇ ਤਰ੍ਹਾਂ ਹੀ ਜਿਹੜਾ ਬਨਸਪਤੀ 'ਚ, ਉਹਦੇ 'ਚ ਵੀ ਉਹ ਅਕਾਲ ਪੁਰਖ ਦੀ ਜੋਤ ਹੈਗੀ। ਸਗਲ ਦੁੱਧ ਮੈਂ ਜੀਆ, ਉਹਨੇ ਜਿਹੜਾ ਦੁੱਧ ਹੈਗਾ, ਇਹ ਮਿਸਾਲ ਹੈਗੀ ਦਿੱਤੀ। ਦੁੱਧ ਇਹ ਨਾ ਸਮਝੋ ਕਿ ਦੁੱਧ ਜਿਹੜਾ ਖੜੀ, ਇਹ ਮਿਸਾਲ ਤਾਂ ਹੈਗੀ ਵੀ ਦੁੱਧ 'ਚ ਘਿਓ ਹੈਗਾ ਵਿੱਚ ਰਲਿਆ। ਇਸੇ ਇਹ ਦੁੱਧ ਜਿਹੜਾ ਹੈਗਾ, ਜੇ ਤੁਸੀਂ ਸਪਿਰਚੁਅਲ ਲੈਂਗੁਏਜ 'ਚ ਚੱਲੋ ਤਾਂ ਇਹ ਹੈਗਾ ਦੁੱਧ, ਆ ਜਿਹੜੇ ਵੇਦ ਵੇਦ ਵੇਦਾਂ ਵਿੱਚ ਜਿਹੜੀ ਸਕ੍ਰਿਪਚਰ ਹੈਗੀਆਂ ਨਾ, ਜਿਹੜੀਆਂ ਲਿਖੀਆਂ ਹੋਈਆਂ ਨਾ ਵੇਦ, ਜਿਹੜੀਆਂ ਐਸ ਮੋਰਲ ਲਾਅ 'ਤੇ ਹੈਗੀ ਨਾ ਸਕ੍ਰਿਪਚਰ, ਇਹਦੇ 'ਤੇ ਵਿੱਚ ਹੈਗਾ ਉਹ ਨਾਮ ਅਕਾਲ ਪੁਰਖ ਦਾ। ਵੇਦੋਂ ਮੈਂ ਨਾਮ ਉੱਤਮ, ਇਹ ਆਉਂਦਾ ਨਾ ਵਿੱਚ, ਜਿਹੜਾ ਵੀ ਬ੍ਰਹਮ ਨੂੰ ਪਤਾ ਨਹੀਂ ਲੱਗਦਾ, ਆਲ ਪਤਾਲਾ ਫਿਰਦਾ ਹੈਗਾ, ਵੇਦਾਂ 'ਚ ਹੀ ਨਾਮ ਹੈਗਾ ਸਾਰਾ ਕੁਛ, ਉਹ ਸਮਝ ਨਹੀਂ ਪਾਉਂਦਾ। ਕਹਿੰਦੇ ਵੀ ਉਹਦੇ ਵੇਦਾਂ 'ਚ ਹੀ ਘਿਓ ਹੈਗਾ, ਘਿਓ ਹੈਗਾ ਨਾਮ। ਦੁੱਧ ਮੈਂ ਗਿਆ, ਇਹ ਜਿਹੜਾ ਹੈਗਾ ਨਾ ਆਪਣੇ ਕ੍ਰਿਸਚੈਨਿਟੀ ਕਹਿੰਦੇ ਨਾ, ਬੱਚਾ ਜਦੋਂ ਹੁੰਦਾ ਨਾ ਉਹਨੂੰ ਦੁੱਧ ਦੁੱਧ ਪਿਲਾਉਂਦੇ, ਦੁੱਧ ਹੁੰਦੀ ਸਕ੍ਰਿਪਚਰ, ਰਿਟਨ ਐਵਰੀਥਿੰਗ ਰਿਟਨ। ਉਹ ਸਕੂਲ 'ਚ ਉਹਨੂੰ ਸਬਕ ਮੋਰਲ ਲਾਅ 'ਤੇ ਦਿੰਦੇ ਨਾ, ਮੋਰਲ ਲਾਅ ਸਾਰੇ ਜਿਹੜੇ ਨੇ ਨਾ ਉਹ ਰਿਟਨ ਹੈਗੇ ਨੇ, ਟੈਨ ਕਮਾਂਡਮੈਂਟਸ ਵਗੈਰਾ। ਅਤੇ ਇਸ ਤਰ੍ਹਾਂ ਜਿਹੜੇ ਹੈਗੇ ਨੇ ਵੇਦਾਂ 'ਚ ਵੀ ਜਿਹੜਾ ਹੈਗਾ, ਜਿੱਦਾਂ ਸਤਿਗੁਰੂ ਚਾਰ ਲਾਵਾਂ 'ਚ ਆਉਂਦਾ ਨਾ ਵੀ ਵੇਦਾਂ ਵੇਦੋਂ ਮੈਂ ਹੈਗਾ ਨਾ ਵੀ ਦਿੜੋ ਦਿੜੋ ਵੇਦ ਦਿੜੋ ਅਤੇ ਉਹਦੇ ਪਾਪ 'ਤੇ ਜਾਇਆ ਬਲਰਾਮ ਜੀਓ, ਇਹ ਫਿਰ ਪਾਪ ਇੱਦਾਂ ਉਹਦੇ ਨਾਲ ਉਤਰ ਜਾਂਦੇ ਨੇ। ਪਾਪ ਵਗੈਰਾ ਜਿਹੜਾ ਹੈਗਾ ਇਹ ਦੁੱਧ ਨਾਲ ਥੁਲਕ ਹੈਗਾ, ਯਾਨੀ ਕਿ ਆਸ ਜਿਸਮ ਦਾ, ਮਨ ਨਾਲ ਨਹੀਂ। ਮਨ ਦਾ ਜਿਹੜਾ ਹੈਗਾ ਉਹ ਘੀ ਹੈਗਾ, ਉਹਨੂੰ ਚਾਹੀਦਾ ਨਾਮ ਚਾਹੀਦਾ ਉਹਨੂੰ। ਵੇਦੋਂ ਮੈਂ ਨਾਮ ਉੱਤਮ, ਨਾਮ ਜਿਹੜਾ ਹੈਗਾ ਨਾ ਉਹ ਘਿਓ ਹੈਗਾ, ਜਿਹੜਾ ਹੈਗਾ ਵੇਦ ਹੈਗੇ ਨੇ ਉਹ ਦੁੱਧ ਹੈਗਾ। ਊਚ ਨੀਚ ਮੈਂ ਜੋਤ ਸਮਾਨੀ, ਊਚ ਨੀਚ, ਊਚ ਨੀਚ ਮਤਲਬ ਵੀ ਕੋਈ ਕੋਈ ਕਹਿੰਦਾ ਮੈਂ ਵੱਡਾ ਹੈਗਾ, ਕੋਈ ਛੋਟਾ ਹੈਗਾ, ਜਾਂ ਕੋਈ ਕੀੜਾ ਹੈਗਾ, ਕੋਈ ਹਾਥੀ ਹੈਗਾ, ਇਹ ਸਾਰਿਆਂ 'ਚ ਜੋਤ ਉਹਦੀ ਹੈਗੀ ਸਮਾਨੀ। ਘੱਟ ਘੱਟ ਮਾਧੋ ਜੀਆ, ਉਹ ਮਾਧੋ ਜਿਹੜਾ ਉਹ ਹਰ ਇੱਕ 'ਚ ਉਹਦਾ ਜੀਆ ਮੈਨੇ ਕਿ ਜਾਨ ਹੈਗੀ। ਸੰਤੋ ਘੱਟ ਘੱਟ ਰਿਹਾ ਸਮਾਇਓ, ਉਹ ਕਹਿੰਦਾ ਵੀ ਸੰਤਾਂ ਨੂੰ ਕਹਿੰਦੇ ਨੇ ਇਹ ਜਿਹੜੇ ਨਾ ਚੌਥੀ ਬਿਰਤੀ ਦੇ ਸਿੱਖ ਸੀਗੇ ਨਾ ਸਤਿਗੁਰੂ ਅਰਜਨ ਦੇਵ ਜੀ, ਸੰਤ ਵੀ ਜਿਹੜੇ ਹੁੰਦੇ ਚੌਥੀ ਬਿਰਤੀ ਦੇ ਹੁੰਦੇ ਨੇ, ਇਹਨਾਂ ਨੇ ਘਰ ਬਾਰ ਛੱਡਿਆ ਹੁੰਦਾ ਹੈਗਾ, ਅਤੇ ਇਸ ਕਰਕੇ ਇਹ ਵੀ ਚੌਥੀ ਬਿਰਤੀ ਦੇ ਸਿੱਖ ਹੋਣ ਕਰਕੇ ਸੰਤਾਂ ਨੂੰ ਫਿਰ ਕਹਿੰਦੇ ਨੇ ਆਪਣੇ ਸਹੇਲੀਆਂ ਨੂੰ, ਸੰਤੋ ਘੱਟ ਘੱਟ ਰਿਹਾ ਸਮਾਇਓ, ਉਹ ਹਰ ਇੱਕ 'ਚ ਸਮਾ ਰਿਹਾ ਹੈਗਾ,
ਕਿਸੇ ਖਾਲੀ ਜਿਹੜੀ ਵੀ ਕੋਈ ਚੀਜ਼ ਜੀਂਦੀ ਹੈਗੀ ਉਹਦੀ ਚ ਉਹਦੀ ਜਾਨ ਹੈਗੀ। ਪੂਰਨ ਪੂਰੇ ਰਹੀਓ, ਉਹਦਾ ਜਿਹੜਾ ਹੈਗਾ ਪੂਰਨ ਪੂਰਾ ਪੂਰਾ ਜਿਹੜਾ ਸਰਬਮੇ ਜਲ ਥਲ ਰਮਿਆ ਆਈਓ। ਉਹ ਕਹਿੰਦੇ ਵੀ ਉਹ ਪੂਰਨ ਹੈਗਾ, ਉਹਦਾ ਵੀ ਕੋਈ ਉਹਦੇ ਘਾਟਾ ਨਹੀਂ ਪੂਰੇ ਤੌਰ 'ਤੇ ਜਲ ਥਲ ਹੈਗਾ ਪਾਣੀ 'ਚ ਵੀ ਅਤੇ ਥਲ ਹੈਗਾ ਵੀ ਆਪਣੇ ਜ਼ਮੀਨ 'ਤੇ ਵੀ। ਜਲ ਥਲ ਰਮਿਆ ਆਹੀਓ, ਉਹ ਹਰ ਇੱਕ ਜਗ੍ਹਾ ਹੈਗਾ ਵੀ ਆਹੀਓ ਹੈ ਰਹਾਓ। ਗੁਣ ਨਿਦਾਨ ਨਾਨਕ ਜਸ ਗਾਵੇ, ਗੁਣ ਨਿਦਾਨ ਉਹਦੇ ਉਹਦੇ ਬੇਹੱਦ ਗੁਣ ਹੈਗੇ ਨੇ। ਨਾਨਕ ਜਸ ਗਾਵੇ, ਜਸ ਉਹਦੇ ਗੀਤ ਗਾਉਂਦੇ ਨੇ, ਉਹਦੀਆਂ ਤਰੀਫਾਂ ਕਰਦੇ ਨੇ। ਗਾਵੇ ਸਤਿਗੁਰੇ ਵਰਮ ਚੁਕਾਇਓ, ਸਤਿਗੁਰੇ ਸਤਿਗੁਰ ਜਿਹੜਾ ਅੰਦਰ ਬੈਠਾ ਤੁਹਾਡੇ, ਜਿਹਨੇ ਤੁਹਾਨੂੰ ਲੋਜੀਕਲ ਰੀਜਨਿੰਗ ਕਰਕੇ ਦੱਸੀ ਹੈਗੀ ਨਾ, ਲੋਜੀਕਲ ਰੀਜਨਿੰਗ ਅੰਤਰ ਸਤਿਗੁਰੂ ਨੇ ਕਰਨੀ ਹੈਗੀ, ਬਾਹਰ ਨਹੀਂ ਕਿਸੇ ਨੇ ਕਰਕੇ ਦੇਣੀ ਤੁਹਾਨੂੰ। ਮੈਂ ਕਰਦਾ ਲੋਜੀਕਲ ਰੀਜਨਿੰਗ, ਇਹ ਜਿਹੜਾ ਫਲ ਮਿਲਦਾ ਮੈਨੂੰ ਮਿਲਦਾ ਹੈਗਾ, ਤੁਸੀਂ ਕਰੋਗੇ ਤੇ ਤੁਸੀਂ ਪਾਓਗੇ। ਇਹ ਨਾਮ ਜਿਹੜਾ ਧੁਰ ਕੀ ਬਾਣੀ ਹੈਗੀ, ਜਿਹੜਾ ਉਹਨੂੰ ਮਿਲਦਾ ਜਿਹੜਾ ਹਿੰਮਤ ਕਰੇ। ਇਹ ਨਹੀਂ ਕਿ ਕੋਈ ਮੂੰਹ 'ਚ ਜਿੱਦਾਂ ਹੈਗਾ ਨਾ ਰਾਧਾ ਸਵਾਮੀ ਕੰਨ 'ਚ ਜੀ ਉਹਨੇ ਨਾਮ ਦੇ ਦਿੱਤਾ ਜੀ, ਫੂਕ ਮਾਰ ਦਿੰਦਾ ਨਾਮ ਦੇ ਦਿੱਤਾ, ਉਹਦੇ ਕੋਲ ਆਪ ਕੋਲ ਤਾਂ ਨਾਮ ਹੈ ਨੀਗਾ ਤੇ ਦੂਜਿਆਂ ਨੂੰ ਕੀ ਦੇ ਦੇਗਾ। ਜਿਹਦੇ ਕੋਲ ਨਾਮ ਹੁੰਦਾ ਉਹ ਨਿਆਰਾ ਹੁੰਦਾ ਹੈਗਾ, ਉਹ ਇੱਦਾਂ ਚੇਲੇ ਨਹੀਂ ਮਗਰ ਲਾਉਂਦਾ ਜਿੱਦਾਂ ਰਾਧਾ ਸਵਾਮੀ ਬਣਾਈ, ਡੇਰੇ ਵਾਲਾ ਬਣਾਈ ਬੈਠਾ ਤੇ ਰਾਧਾ ਸਵਾਮੀ ਬਣਾਈ ਬੈਠੇ ਨੇ, ਇਹ ਠੱਗੂ ਹੈਗੇ ਨੇ ਠੱਗੂ। ਤੇ ਜਿਹੜੇ ਇਹਨਾਂ ਦੇ ਮਗਰ ਲੱਗਣਗੇ ਉਹ ਆਪ ਉਹ ਅੰਨ ਤੇ ਮਗਰ ਆਪ ਅੰਨੇ ਲੱਗਣਗੇ, ਅੰਨੇ ਮਗਰ ਲੱਗਦੇ ਨੇ, ਸੁਜਾਖਾ ਨਹੀਂ ਮਗਰ ਲੱਗਦਾ ਕਦੀ ਵੀ, ਸੁਜਾਖਾ ਨਿਆਰਾ ਹੁੰਦਾ ਹੈਗਾ। ਤੇ ਨਿਆਰਾ ਜਿਹੜਾ ਹੁੰਦਾ ਉਹ ਫਿਰ ਜਿਹੜਾ ਭੀੜੀ ਗਲੀ ਹੈਗੀ, ਇਹਦੇ ਬਾਣੀ 'ਚ ਹੁੰਦਾ ਨਾ ਬਾਈਬਲ 'ਚ, ਜਿਹੜਾ ਉਹ ਜਿਹੜਾ ਗੇਟ ਹੈਗਾ ਜਿਹੜਾ ਜਾਂਦਾ ਹੈ ਨਾ, ਜਿਹੜਾ ਰਾਮ ਦੇ ਮਹਿਲ ਨੂੰ ਜਾਂਦਾ, ਜਿਹੜਾ ਪਰਮਾਤਮਾ ਦੇ ਮਹਿਲਾਂ ਨੂੰ ਜਾਂਦਾ ਗੇਟ, ਉਹ ਨੈਰੋ ਹੈਗਾ, ਉਹ ਇਕੱਲਾ ਹੀ ਆਦਮੀ ਸੋਲਿਟਰੀ ਉਹਦੇ 'ਚ ਲੰਘ ਸਕਦਾ ਹੈਗਾ। ਤੇ ਉਸ ਵਿਨਯਾਰਡ ਵਿੱਚ ਕ੍ਰਾਈਸਟ ਜੀਜ਼ਸ, ਸਤਿਗੁਰੂ ਜੀਜ਼ਸ, ਉਹਦੀ ਵੇਲ ਉਹਨਾਂ ਨੇ ਪਲਾਂਟ ਕੀਤੀ ਹੋਈ ਪਰਮਾਤਮਾ ਨੇ, ਜਿਹੜਾ ਉਹਦੇ ਨਾਲ ਜਾ ਕੇ ਗ੍ਰਾਫਟ ਕਰ ਲੈਂਦਾ ਆਪਣੇ ਆਪ ਨੂੰ, ਮਿਲ ਜਾਂਦਾ ਉਹਦੇ ਨਾਲ, ਟਾਹਣੀ ਨਾਲ ਟਾਹਣੀ ਜੋੜ ਲੈਂਦਾ ਹੈਗਾ, ਫਿਰ ਉਹਦਾ ਰਸ ਪੀਂਦਾ ਹੈਗਾ, ਰਸ ਪੀ ਕੇ ਤੇ ਫਿਰ ਦੁਨੀਆਂ ਨੂੰ ਦੱਸਦਾ ਵੀ ਆਹ ਮਤਲਬ ਇਹ ਹੈਗਾ, ਇਹ ਰਸ ਪੀਣਾ ਹੈਗਾ ਨਾਮ ਜਾਂ ਲੋਜੀਕਲ ਰੀਜਨਿੰਗ ਉਹਨੇ ਕਰਕੇ ਦੱਸੇ ਸੀ, ਉੱਦਾਂ ਹੀ ਉਹ ਫਿਰ ਕਰਦਾ ਤੇ ਫਿਰ ਉਹ ਬਾਹਰ ਆ ਕੇ ਦੱਸਦਾ ਵੀ ਇਹਨੂੰ ਕਹਿੰਦੇ ਈਟਿੰਗ ਦੀ ਫਲੈਸ਼ ਆਫ ਜੀਸਿਸ ਐਂਡ ਡਰਿੰਕਿੰਗ ਦੀ ਬਲੱਡ ਆਫ ਕ੍ਰਾਈਸਟ, ਜਦੋਂ ਤੁਸੀਂ ਪ੍ਰਚਾਰ ਕਰਦੇ ਹੈ। ਤੇ ਸਤਿਗੁਰੂ ਭਰਮ ਚੁਕਾਇਓ, ਉਹ ਜਿਹੜਾ ਸਤਿਗੁਰੂ ਅੰਦਰ ਬੈਠਾ ਉਹ ਸਾਰੇ ਭਰਮ ਚੁਕਾ ਦਿੰਦਾ ਹੈਗਾ ਤੁਹਾਡੇ, ਤੁਹਾਡੇ 'ਚ ਕੋਈ ਜਦੋਂ ਲੋਜੀਕਲ ਰੀਜਨਿੰਗ ਕਰਦੇ ਆ ਤੁਹਾਡੇ ਸਾਰੇ ਸਮਝ ਆ ਜਾਂਦੀ ਹੈਗੀ। ਜਿੱਦਾਂ 1947 'ਚ ਇੱਕ ਵੀ ਨਹੀਂ ਸਿੱਖ ਮਰਿਆ, ਨਾ ਮੁਸਲਮਾਨ ਮਰਿਆ ਨਾ ਹਿੰਦੂ ਮਰਿਆ, ਅਤੇ ਇਹ ਹੁਣ ਜਦੋਂ ਤੁਸੀਂ ਕਹੋ ਵੀ 1984 'ਚ ਇੱਕ ਵੀ ਨਹੀਂ ਸਿੱਖ ਮਰਿਆ, ਅਤੇ ਤੁਹਾਨੂੰ ਛੜੱਪੇ ਪੈ ਕੇ ਪਹਿਣਗੇ, ਤੂੰ ਕਿੱਦਾਂ ਕਹਿੰਦਾ ਸਿੱਖ ਨਹੀਂ ਮਰਿਆ, ਉਹ ਦੇਖਦਾ ਅਖਬਾਰਾਂ 'ਚ ਕੀ ਕਹਿੰਦੇ ਨੇ, ਫਲਾਨਾ ਕਹਿੰਦਾ ਫਲਾਨਾ ਕਹਿੰਦਾ ਹੈਗਾ, ਅਤੇ ਉਹ ਇੱਦਾਂ ਤੁਹਾਨੂੰ ਛੜੱਪੇ ਕਰਕੇ ਪਹਿਣਗੇ। ਸਿੱਖ ਹੁੰਦਾ ਹੈਗਾ ਨਾਦੀ ਰੂਪ, ਨਾਦੀ ਰੂਪ ਹੈ ਨਾ, ਬੋਲਿਆ ਪਤਾ ਲੱਗਦਾ ਵੀ ਸਿੱਖਿਆ ਕਿ ਨਹੀਂ, ਜਿਸਮ ਨਹੀਂ ਹੈਗਾ, ਮੇਰਾ ਜਿਸਮ ਨਿੱਜਰ ਜੱਟਦਾ ਹੈਗਾ, ਮੇਰਾ ਜਿਹੜਾ ਮਨ ਹੈਗਾ ਉਹ ਸਿੱਖ ਹੈਗਾ, ਮਨ ਨੂੰ ਕੋਈ ਨਾ ਪੈਦਾ ਹੋਇਆ ਮਨ ਨਾ ਉਹਨੂੰ ਕੋਈ ਮਾਰ ਸਕਦਾ ਹੈਗਾ। ਅਤੇ ਇਸ ਕਰਕੇ ਜਦੋਂ 1947 'ਚ ਵੰਡ ਪਈ ਸੀ ਨਾ, ਅਸੀਂ ਪਾਕਿਸਤਾਨ ਏਰੀਏ 'ਚ ਸੀਗੇ, ਮਿੰਡਗੁਮਰੀ ਤੋਂ ਆਪਣੇ ਫਿਰ ਪਿੰਡ ਚਲੇ ਗਏ ਸੀਗੇ, ਉੱਧਰ ਸੀਗਾ ਧਨੂਆਣਾ 91 RB ਰੱਖ ਬ੍ਰਾਂਚ, ਅਤੇ ਉੱਥੇ ਗਏ ਸੀ ਤਾਂ ਉੱਥੇ ਮਰਾਸੀ ਨੂੰ ਫਾਦਰ ਨਾਲ ਲੈ ਕੇ ਪਿੰਡ ਰਾਈਆਂ ਦੇ ਚਲੇ ਗਏ ਸੀਗੇ, ਉਹਨਾਂ ਨੂੰ ਸਮਝਾਉਣ ਲਈ ਵੀ ਮੁਸਲਮਾਨ ਅਤੇ ਸਿੱਖ ਰੂਹ ਹੈਗੀ, ਇਹ ਜਿਸਮ ਨਹੀਂ ਹੈਗਾ, ਇਹ ਸ਼ਰਾਰਤ ਹੋਣੀ ਹੋਣ ਅਤੇ ਇਸ ਤੋਂ ਬਚ ਕੇ ਰਿਹਾ ਜੇ। ਅਤੇ ਉਹਨਾਂ ਨੂੰ ਦੱਸਿਆ ਜੀ, ਉਹ ਜਰਾ ਕਰਦੇ ਸੀ ਮਖੌਲ, ਠੱਠਾ ਮਖੌਲ,
ਵੀ ਐਵੇਂ ਬੋਲੀ ਜਾਂਦਾ ਹੈਗਾ। ਤੇ ਪਰ ਉਹ ਸਾਡੇ ਪਿੰਡ ਆ ਜਾਂਦੇ ਸੀਗੇ, ਦੂਜੇ ਆਦਮੀ ਦੋਹਾਂ ਪਿੰਡਾਂ ਦੇ ਜਿਹੜੇ ਸੀ ਨਾ, ਉਹ ਰਾਖੀ ਰੱਖਣ ਲਈ। ਅਤੇ ਸਾਡੇ ਪਿੰਡ ਦੇ ਮਰਾਸੀ ਨੇ ਕਿਹਾ ਉਹਨਾਂ ਨੂੰ ਜਾ ਕੇ ਰਾਈਆਂ ਨੂੰ, ਜੇ ਤੁਹਾਡੇ 'ਤੇ ਹਮਲਾ ਕਰ ਲਏ, ਉਹ ਤਾਂ ਆਦਮੀ ਇਕੱਠੀ ਕੀਤੇ ਬੈਠੇ ਨੇ। ਉਹ ਫਿਰ ਜ਼ੈਲਦਾਰ ਸੀਗਾ, ਦਰੰਗ ਪਿੰਡ ਹੈਗਾ ਉੱਧਰ ਕੋਈ, ਉਹ ਦਰੰਗ ਦਾ ਜ਼ੈਲਦਾਰ ਉਹ 2000 ਆਦਮੀ ਲੈ ਕੇ ਆ ਗਿਆ ਰਾਤ ਨੂੰ, ਅੱਧੀ ਰਾਤ ਨੂੰ। ਉਹ ਮਰਾਸੀ ਨੂੰ ਕੱਲਿਆ, ਜਾਓ ਲਿਆ ਨੰਬਰਦਾਰ ਨੂੰ, ਪਤਾ ਤਾਂ ਕਰਾਂ ਵੀ ਕਿਹੜੇ ਆਦਮੀ ਲਿਆਉਣੇ ਤੂੰ ਹਮਲਾ ਕਰਨਾ, ਤੂੰ ਸਾਡਾ ਪਾਕਿਸਤਾਨ 'ਤੇ ਉਹ ਹਮਲਾ ਉਹ ਕਰਨਾ। ਅਤੇ ਉਹ ਆਇਆ ਸਾਡੇ ਘਰ, ਫਾਦਰ ਅੰਕਲ ਸੀ ਮੇਰਾ ਨੰਬਰਦਾਰ, ਅਤੇ ਫਾਦਰ ਨਾਲ ਚਲੇ ਗਿਆ। ਜਦੋਂ ਚਲੇ ਗਿਆ ਤਾਂ ਉਹ ਮੰਜੇ 'ਤੇ ਡੱਟ ਕੇ ਬੈਠਾ ਆ, ਅਤੇ ਇਹ ਵੀ ਮੰਜੇ 'ਤੇ ਬਹਿ ਗਏ ਉਹਦੇ 'ਤੇ। ਉਹਨੇ ਗੁੱਸਾ ਬਣਾਇਆ ਵੀ ਇਹਨਾਂ ਨੂੰ ਭੁੱਲੇ ਬਹਿਣਾ ਚਾਹੀਦਾ, ਇਸ ਪਾਕਿਸਤਾਨ ਹੈਗਾ ਸਾਡਾ। ਅਤੇ ਫਾਦਰ ਨੇ ਜਦੋਂ ਦੱਸਿਆ ਨਾ ਵੀ ਅਸੀਂ ਸਿੱਖ ਜਿਹੜਾ ਹੁੰਦਾ ਅਤੇ ਮੁਸਲਮਾਨ ਰੂਹਾਂ ਹੈਗੀਆਂ ਨੇ, ਇਹ ਮਿਲਤਾਂ ਹੈਗੀਆਂ ਨੇ, ਪੰਥ ਹੈਗੇ ਨੇ, ਇਹ ਨਾ ਪੈਦਾ ਹੋਇਆ ਨਾ ਮਰਦੇ ਹੈਗਾ ਨਾ, ਕਿਸੇ ਜੱਟਾਂ ਨੇ ਮਰਨਾ ਅਤੇ ਤੁਸੀਂ ਅਰਾਈਆਂ ਨੇ ਮਰਨਾ ਇਸ ਲੜਾਈ 'ਚ। ਜੇ ਕੋਈ ਦੁਸ਼ਮਣੀ ਹੈਗੀ ਤਾਂ ਕੱਢ ਲਓ, ਜੇ ਨਹੀਂ ਦੁਸ਼ਮਣੀ ਤਾਂ ਮੂੰਹ ਕਾਲਾ ਨਾ ਕਰਿਆ ਜੇ। ਜਦੋਂ ਉਹਨੂੰ ਸਮਝ ਪੈ ਗਈ ਵੀ ਇਹ ਸ਼ਰਾਰਤ ਸਮਝਾ ਦੀ, ਤਿੰਨੇ ਲਾਲੇ ਸੀ ਨਾ, ਲਾਲਾ ਗਾਂਧੀ, ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ, ਲਾਲਾ ਮੁਹੰਮਦ ਅਲੀ ਮੁਹੰਮਦ ਜਿਨਾਹ ਮੁਹੰਮਦ ਅਲੀ ਜਿਨਾਹ, ਇਹ ਵੀ ਲਾਲਾ ਦੀ ਭਾਟੀਆ। ਜਦੋਂ ਲਾਲਿਆਂ ਦੀ ਸ਼ਰਾਰਤ ਸਮਝਾਈ ਉਹਨੂੰ, ਉਹਦੇ ਪੈ ਗਈ ਪੱਲੇ। ਉਹ 2000 ਨੂੰ ਕਹਿੰਦੇ ਇਹ ਸਾਡੇ ਮਹਿਮਾਨ ਹੈਗੇ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ। ਅਤੇ ਫਾਦਰ ਨੂੰ ਕਹਿੰਦਾ ਚਲੋ ਜੀ ਆਪਾਂ ਲਾਹੌਰ ਚੱਲੀਏ, ਤਬਾਦਲਾ ਰੁਕਾਈਏ। ਫਾਦਰ ਕਹਿੰਦੇ ਟੂ ਲੇਟ ਹੈਗਾ, ਇਹ ਨਹੀਂ ਮਿਟਣ ਵਾਲਾ। ਅਤੇ ਉਹਦੇ ਪੱਲੇ ਪੈ ਗਏ, ਤਾਂ ਇੱਕ ਨੰਬਰ ਦਾ ਦੋਸਤ ਬਣ ਗਿਆ ਅੱਲਾ ਦੇ ਵਿੱਚ, ਪਰਮਾਤਮਾ ਦੇ ਵਿੱਚ। ਅਤੇ ਉਹਨੇ ਸਾਡੀ ਫਿਰ ਰਾਖੀ ਰੱਖੀ, ਅਤੇ ਜਿਹੜੇ ਰਾਏ ਸੀ ਉਹਨਾਂ ਨੇ ਸਾਡੀ ਵੀ ਮਦਦ ਕੀਤੀ। ਕੋਈ ਪੱਠਾ ਪੁੱਠਾ ਲੈ ਕੇ ਆਉਂਦੇ ਆਉਣਾ ਨਾ, ਉਹਨਾਂ ਨੇ ਬਾਹਰ ਅਸੀਂ ਛੱਡ ਕੇ ਚਲੇ ਗਏ ਸੀ ਪਿੰਡ, ਅਤੇ ਉਹ ਆਉਂਦੇ ਹੁੰਦੇ ਸੀ ਵੀ ਚਾਰਾ ਚੂਰਾ ਵੱਢ ਲਿਆਉਣਾ, ਅਤੇ ਰਾਈਆਂ ਨੇ ਉਹਨਾਂ ਨੂੰ ਨਹੀਂ ਕੁਛ ਕਿਹਾ, ਜਿੱਦਾਂ ਮਰਜ਼ੀ ਉਹ ਆਪਣੇ ਆਉਣ ਪਿੰਡ ਆਪਣੇ ਖੇਤਾਂ 'ਚ ਅਤੇ ਵੱਢ ਕੇ ਲੈ ਜਾਣ। ਅਤੇ ਇੱਦਾਂ ਦੀ ਤੁਸੀਂ ਹੋਰ ਕਿਤੇ ਨਹੀਂ ਦੇਖਿਆ ਹੋਣਾ, ਵੱਢ ਵਢਾਈਆ ਖੂਬ ਹੋਇਆ। ਅਤੇ ਨਾਮ ਦੀ ਬਰਕਤ ਹੈਗੀ, ਨਾਮ ਜਿਹੜਾ ਹੁੰਦਾ ਕੋਟਨ ਮੇਂ ਏਕ ਕੋਲ ਹੁੰਦਾ ਹੈਗਾ, ਆਮ ਨਹੀਂ ਹੈਗਾ ਉਹ। ਅਤੇ ਇਸ ਕਰਕੇ ਜਦੋਂ ਤੁਸੀਂ ਦੇਖੋਗੇ ਕਿੱਦਾਂ ਖੱਤਰੀ ਜਿਹੜੇ ਨੇ ਕਿੱਦਾਂ ਮੈਨੂੰ ਗਾਲਾਂ ਕੱਢਦੇ ਨੇ, ਖੱਤਰੀ ਅਤੇ ਸੋਢੀ ਖੱਤਰੀ ਖਾਸ ਕਰਕੇ ਇੱਕ ਨੰਬਰ ਦੇ ਸ਼ੈਤਾਨ ਹੈਗੇ ਨੇ, ਐਮਪਰਰਸ ਆਫ ਡਾਰਕਨੈਸ। ਇਹ ਬਿਮਾਰ ਹੋਣ ਕਰਕੇ ਇਹਨਾਂ ਦੇ ਘਰ ਤਦੇ ਫਿਰ ਡਾਕਟਰ ਆਏ ਸੀਗੇ। ਜੱਟਾਂ ਨੇ 60-70% ਸਿੱਖੀ ਅਪਣਾਈ ਸੀਗੀ, ਖੱਤਰੀਆਂ ਨੇ 1% ਵੀ ਨਹੀਂ ਸੀ ਅਪਣਾਈ, ਰੋੜਿਆਂ ਨੇ 1.5% ਸੀਗੀ ਅਪਣਾਈ, ਰੋੜਿਆਂ ਨੇ ਜ਼ਿਆਦਾ, ਖੱਤਰੀਆਂ ਨਾ ਸੀਗੀ। ਅਤੇ ਬਾਕੀ ਦੀਆਂ ਜਾਤਾਂ ਸਾਰਿਆਂ ਨੇ ਜ਼ਿਆਦਾ ਕੀਤੀਆਂ, ਇਹ ਖੱਤਰੀ ਸਾਰਿਆਂ ਨੂੰ ਥੱਲੇ ਸੀਗੇ, ਅੱਜ ਇਹ ਸਾਰਿਆਂ ਨੂੰ ਉੱਪਰ ਚ ਹੋਏ ਨੇ ਟਪਕਦੇ ਨੇ। ਅੱਛਾ, ਸਤਿਗੁਰੂ ਭਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ। ਸਰਬ ਨਿਵਾਸੀ ਯਾਨੀ ਕਿ ਹਰ ਇੱਕ ਵਿੱਚ ਹੈਗਾ ਅਲੇਪਾ, ਅਲੱਗ ਹੈਗਾ, ਇਹ ਜਿਹੜਾ ਹੈਗਾ ਸੋਲਿਟਰੀ ਹੈਗਾ। ਸਭ ਮੈਂ ਰਿਹਾ ਸਮਾਇਓ, ਹਰ ਵਿੱਚ ਉਹ ਸਮਾ ਰਿਹਾ ਹੈਗਾ। ਹੁਣ ਜਿਹੜਾ ਨਾ ਅਲੇਪਾ ਅਲੱਗ ਹੈਗਾ, ਇਹਦਾ ਸੋਲਿਟਰੀ ਹੈਗਾ, ਜਿੱਦਾਂ ਇਹ ਹੈਗਾ ਨਾ ਜਿਹੜਾ ਅਕਾਲ ਪੁਰਖ ਦੇ ਜਿਹੜੇ ਹੈਗੇ ਨਾ, ਜਿਹੜੇ ਘਰ ਦੇ ਹੈਗੇ ਲੋਕ, ਅਕਾਲ ਪੁਰਖ ਦੀ ਫੈਮਿਲੀ ਜਿਹੜੀ ਹੈਗੀ, ਉਹਦੇ 'ਚ ਗੋਡ ਤਾਂ ਹੈਗਾ ਆਪਣਾ ਫਾਦਰ, ਜਿਹੜੀ ਹੋਲੀ ਸਪਿਰਿਟ ਹੈਗੀ ਉਹ ਹੈਗੀ ਮਾਂ, ਮਹਾਦੇਵਨ। ਗੋਬਿੰਦ ਰਾਏ ਜੀ ਅਕਾਲ ਪੁਰਖ ਦਾ ਰੂਪ ਸਨ, ਅਤੇ ਉਹਨਾਂ ਨੇ ਇਸ ਦੁਨੀਆਂ ਵਿੱਚ ਫਿਰ ਦੱਸਿਆ ਵੀ ਇਹ ਅਕਾਲ ਪੁਰਖ ਅਤੇ ਹੋਲੀ ਸਪਿਰਿਟ 'ਚ ਕੀ ਰਿਸ਼ਤਾ ਸੀਗਾ। ਜਿੱਦਾਂ ਉਹਨਾਂ ਨੇ ਵਿਆਹ ਕੀਤਾ ਸੀ ਜਦੋਂ ਮਹਾਦੇਵਨ ਨਾਲ, ਉਹ ਕੰਜ਼ੂਮੇਟ ਨਹੀਂ ਕੀਤਾ, ਕੋਈ ਉਹਦੇ ਬੱਚਾ ਨਹੀਂ ਹੋਇਆ, ਕੁਛ ਨਹੀਂ ਹੋਇਆ। ਕਿਉਂ? ਉਹ ਵੀ ਸੋਲਿਟਰੀ ਹੁੰਦੀ ਹੈ ਕਿ ਉਹ ਵੀ ਸੋਲਿਟਰੀ ਹੁੰਦਾ ਹੈਗਾ, ਅਲੇਪ ਹੁੰਦੇ ਨੇ। ਅਤੇ ਜਿਹੜੇ ਸਨ ਹੁੰਦੇ ਨੇ ਉਹ ਵੀ ਅਲੇਪ ਸੋਲਿਟਰੀ ਹੁੰਦੇ ਨੇ, ਨਿਆਰੇ। ਇਸ ਕਰਕੇ ਜਿਹੜੀ ਦੂਜੇ ਦਾ ਰਿਫਲੈਕਸ਼ਨ ਹੈਗਾ, ਜਿਹੜਾ ਆਪਣੇ ਆਹ ਫੈਮਿਲੀ ਹੈਗੀ, ਇਹਦੇ 'ਚ ਆਪਾਂ ਇਕੱਠੇ ਹੈਗੇ ਆ, ਮਾਂ
ਅਲੈਦਾ, ਪਿਓ ਅਲੈਦਾ, ਬੱਚੇ ਅਲੈਦਾ, ਪਰ ਅਸੀਂ ਇਕੱਠੇ ਇਕੱਠੇ ਹੈਗੇ ਹਾਂ ਅਸੀਂ। ਉਹ ਜਿਹੜੇ ਹੈਗੇ ਨੇ ਉਹ ਇੱਕ ਹੀ ਜਲ ਮੇਂ ਜਲ, ਜਿੱਦਾਂ ਜਲ ਚ ਹੁੰਦੇ ਨਾ, ਜਲ ਚ ਇਹ ਨਹੀਂ ਪਤਾ ਲੱਗਦਾ ਵੀ ਕਿਹੜਾ ਹੈਗਾ ਹੋਲੀ ਸਪਿਰਿਟ ਤੇ ਕਿਹੜਾ ਹੈਗਾ ਆਪਣੇ ਪਿਓ ਤੇ ਕਿਹੜਾ ਹੈਗਾ ਪੁੱਤਰ। ਇਹ ਜਲ ਮੇਂ ਜਲ ਸਮਾ ਜਾਈਦਾ ਨਾ, ਤੇ ਜਿੱਦਾਂ ਜਲ ਵਿੱਚ ਜਲ ਸਮਾ ਜਾਏ ਤਾਂ ਪਤਾ ਨਹੀਂ ਲੱਗਦਾ ਨਾ ਵੀ ਕਿਹੜਾ ਕਿਹੜਾ ਹੈਗਾ, ਪਰ ਹੈਗੇ ਉਹ ਤਿੰਨੇ ਅਲੈਦਾ ਅਲੈਦਾ। ਅਕਾਲ ਪੁਰਖ ਵੱਖਰਾ, ਹੋਲੀ ਸਪਿਰਿਟ ਵੱਖਰੀ ਨਿਆਰੀ, ਤੇ ਪੁੱਤਰ ਵੀ ਨਿਆਰਾ। ਇਸ ਕਰਕੇ ਉਧਰੋਂ ਜਦੋਂ ਸਤਿਗੁਰੂ ਨਾਨਕ ਦੇਵ ਜੀ ਆਏ ਉਹ ਸੀਗੇ ਅਕਾਲ ਪੁਰਖ ਦੇ ਪੁੱਤਰ, ਜਿੱਦਾਂ ਕ੍ਰਾਈਸਟ ਜੀਜੇ ਸੀਗਾ ਉਹ ਅਕਾਲ ਪੁਰਖ ਦਾ ਪੁੱਤਰ ਸੀਗਾ। ਉਹ ਆਪ ਵੀ ਨਿਆਰਾ ਤੇ ਦੂਜਿਆਂ ਨੂੰ ਵੀ ਨਿਆਰਾ ਬਣਾਇਆ। ਉਹਨੇ ਮਗਰ ਨਹੀਂ ਲਾਏ ਲੋਕੀ, ਮਗਰ ਅੰਨਾ ਅੰਨਾ ਲੱਗਦਾ ਆਦਮੀ, ਅੰਨਿਆਂ ਦੀ ਜ਼ਰੂਰਤ ਨਹੀਂ ਹੈਗੀ। ਇਹ ਤਾਂ ਸਿੱਖੀ ਚਾਹੀਦਾ, ਸਿੱਖੀ ਚਾਹੀਦੇ ਜਿਹੜੇ ਜਿਨ੍ਹਾਂ ਦਾ ਮਨ ਜਾਗਿਆ ਹੋਏਗਾ, ਜਿਨ੍ਹਾਂ ਦਾ ਮਨ ਸੁੱਤਾ ਹੈਗਾ ਉਹਨਾਂ ਨੂੰ ਨਹੀਂ। ਉਹ ਜਾਣ ਆਪਣੇ ਡੇਰੇ ਵਾਲੇ ਕੋਲ ਜਾਣ ਜਾਂ ਰਾਧਾ ਸਵਾਮੀ ਕੋਲ ਜਾਣ, ਉਹ ਤਸੱਲੀ ਕਰਾਓ ਉਹਨਾਂ ਦੀ, ਅਸੀਂ ਨਹੀਂ ਕਰਾ ਸਕਦੇ ਉਹਨਾਂ ਦੀ। ਸਾਡੇ 'ਚ ਹੈਗਾ ਅਸੀਂ ਆਪ ਨਿਆਰੇ, ਕਿ ਹਰ ਇੱਕ ਨੇ ਆਪਣਾ ਹਿਸਾਬ ਕਿਤਾਬ ਅਕਾਲ ਪੁਰਖ ਨੂੰ ਖੁਦ ਦੇਣਾ ਹੈਗਾ। ਜੇ ਖੁਦ ਦੇਣਾ ਤੇ ਮੈਂ ਨਹੀਂ ਨਾ ਦੇ ਸਕਦਾ ਕਿਸੇ ਦਾ ਹਿਸਾਬ ਕਿਤਾਬ, ਮੈਂ ਕਿਉਂ ਮਗਰ ਲਾਵਾਂ ਕਿਸੇ ਨੂੰ। ਮਗਰ ਲਾਇਆ ਤੇ ਅੰਨਾ ਲੱਗੂ ਨਾ, ਮਗਰ ਅੰਨਾ ਲੱਗਿਆ ਮਗਰ ਤੇ ਉਹਨੂੰ ਉਹਦਾ ਫਿਰ ਹਿਸਾਬ ਕਿਤਾਬ ਕੌਣ ਦਊਗਾ? ਉਹ ਤਾਂ ਵਿਚਾਰਾ ਤੁਹਾਡੇ ਮਗਰ ਜੋ ਫਿਰ ਨਾ ਕਰੀ ਜਾਂਦਾ ਹੈਗਾ, ਪਰ ਉਹਦਾ ਹਿਸਾਬ ਕਿਤਾਬ ਮੈਂ ਤਾਂ ਨਹੀਂ ਨਾ ਦੇ ਸਕਦਾ, ਉਹਨੇ ਖੁਦ ਦੇਣਾ ਹੈਗਾ। ਇਸ ਕਰਕੇ ਅੰਨੇ ਨਾ ਬਣੋ, ਸੁਰਤੀ ਵਾਲੇ ਬਣੋ ਤੇ ਆਪਣੇ ਪੈਰਾਂ ਤੇ ਖੜੇ ਹੋਵੋ। ਜੇ ਪੈਰਾਂ ਤੇ ਖੜੇ ਹੋਵੋਗੇ, ਨਿਆਰੇ ਹੋਵੋਗੇ, ਤਦ ਉਹ ਨੈਰੋ ਗੇਟ ਵਿੱਚ ਲੱਗ ਕੇ ਅਕਾਲ ਪੁਰਖ ਦੇ ਮਹਿਲਾਂ ਨੂੰ ਜਾਓਗੇ। ਇਸ ਕਰਕੇ ਜਿਹੜਾ ਨਾ ਤੁਸੀਂ ਪਹਿਲਾਂ ਛੋਟੇ ਸਤਿਗੁਰੂ ਦੀ ਬਾਣੀ ਸਮਝੋ, ਫਿਰ ਤੁਹਾਨੂੰ ਵੱਡੇ ਦੀ ਪਤਾ ਲੱਗੇਗਾ। ਇਹ ਪਹਿਲੀ ਛੋਟਾ ਜਿਹੜਾ ਸੀ ਸਤਿਗੁਰੂ ਜੀਜੇ ਸੀਗਾ, ਇਹਨੇ 4 ਸਾਲ ਪ੍ਰਚਾਰ ਕੀਤਾ ਸੀ ਕੁੱਲ, ਕਿ ਉਹਦੇ ਦੇ ਜਿਹੜੇ ਸੀਗੇ ਸ਼ੈਤਾਨ, ਉਹ ਪ੍ਰਿੰਸ ਸੀਗੇ ਸ਼ਹਿਜ਼ਾਦੇ, ਉਹ ਜੁਡਾ ਅਸਕੈਰੀਓ ਸ਼ੈਤਾਨ ਸੀ। ਉਹ ਜਦੋਂ ਮਾਰਿਆ ਜੀਜੇ ਨੂੰ, ਉਹ ਆਪ ਹੀ ਖੁਦ ਹੀ ਫਾਂਸੀ ਲੈ ਕੇ ਮਰ ਗਿਆ, ਉਹਨੂੰ ਕਿਸੇ ਦੀ ਮਾਰਨ ਦੀ ਲੋੜ ਨਹੀਂ ਪਈ। ਆਪਣੇ ਜਿਹੜੇ ਸੀਗੇ ਖੱਤਰੀ ਸੀਗੇ, ਇਹ ਸੀਗੇ ਕਿੰਗਸ ਤੇ ਐਮਪਰਰਸ ਆਫ ਡਾਰਕਨੈਸ। ਉਹਦਾ ਤੁਸੀਂ ਦੇਖ ਲਓ ਪ੍ਰਿਥੀ ਚੰਦ, ਸਤਿਗੁਰੂ ਅਰਜਨ ਦੇਵ ਜੀ ਦਾ ਗਹਿਣੇ ਵੇਚ ਕੇ ਆਪਣੇ ਨਾ ਤੀਵੀਂ ਦੇ ਤਾਂ ਲੰਗਰ ਚਲਾਉਂਦੇ ਸੀ। ਉਹ ਆਵੇ ਠੂਠਾ ਆਪਣੇ ਮੋਹਰੇ ਕਰਕੇ, ਉਗਰਾਹੀ ਕਰਕੇ ਤੇ ਘਰ ਨੂੰ ਲੈ ਜਾਵੇ ਸਾਰੀ, ਵੀ ਇਹ ਦੇਖਾਂ ਕਿੰਨਾ ਕੁ ਚਲਾਊਗਾ, ਯਾਨੀ ਕਿ ਉਹਦਾ ਅੰਤ ਲੈਂਦੇ ਸੀਗੇ ਵੀ ਕਿੰਨਾ ਕੁ ਚੇਲੇ ਚਲਾਊਗਾ। ਅਤੇ ਉਦੋਂ ਜਿਹੜੇ ਖੱਤਰੀ ਸੀਗੇ, ਕਿੰਨੇ ਕੁ ਸੀਗੇ ਜਿਨ੍ਹਾਂ ਨੇ ਉਹਨੂੰ ਰੋਕਿਆ ਵੀ ਇਹ ਕੀ ਕਰਨ ਡਿਆਗਾ, ਬਹੁਤ ਘੱਟ ਸੀਗੇ। ਅਤੇ ਬਾਕੀ ਤਮਾਸ਼ਾ ਦੇਖਦੇ ਸਨ ਵੀ ਹਾਂ। ਅਤੇ ਜਦੋਂ ਸਤਿਗੁਰੂ ਅਰਜਨ ਦੇਵ ਜੀ ਨੇ ਸੱਚੇ ਪਾਤਸ਼ਾਹ ਹਰਗੋਬਿੰਦ ਦਾ ਰਿਸ਼ਤਾ ਉਹਦੇ ਨਾਲ ਚੰਦੂ ਦੇ ਨਾਲ ਹਟਾ ਲਿਆ, ਉਹਨੇ ਉਲਟਾ ਬੋਲਿਆ ਸੀ ਹਟਾ ਲਿਆ, ਤਾਂ ਪ੍ਰਿਥੀ ਚੰਦ ਬੜਾ ਖੁਸ਼ ਸੀਗਾ ਵੀ ਹੁਣ ਮੌਕਾ ਲੱਗਾ, ਹੁਣ ਉਹ ਜਿਹੜਾ ਹੈਗਾ ਦੀਵਾਨ ਇਹ ਹੁਣ ਹੋ ਗਿਆ ਇਹਦੇ ਬਰਖਿਲਾਫ, ਹੁਣ ਅਸੀਂ ਇਹਦੀਆਂ ਕੱਢਾਂ ਕੇ ਕਰਤੂਤ ਸਾਰੀਆਂ ਕਸਰਾਂ। ਅਤੇ ਜਦੋਂ ਉਹਨਾਂ ਨੂੰ ਤਸੀਹੇ ਦਿੰਦੇ ਸੀ, ਪ੍ਰਿਥੀ ਚੰਦ ਬੜਾ ਖੁਸ਼ ਸੀਗਾ ਅਤੇ ਚੰਦੂ ਵੀ ਬੜਾ ਖੁਸ਼ ਸੀ ਵੀ ਹਾਂ ਤਸੀਹੇ ਦੇ ਰਹੇ ਨੇ। ਪਰ ਜਿਨ੍ਹਾਂ ਦੇ ਵਿੱਚ ਸੀਗੀ ਕੁਛ ਕੌਨਸ਼ੀਅਸ ਸੀਗੀ, ਸ਼ਰਮ ਸੀਗੀ, ਜਿੰਨਾ ਕੋਈ ਸ਼ਰਮ ਜਿਹਦੇ ਕੋਲ ਹੋਵੇ ਉਹਦੇ ਕੋਲ ਧਰਮ ਹੁੰਦਾ, ਯਾਨੀ ਕਿ ਉਹਦੇ ਘਰ ਵਾਲੇ ਜਿਹੜੇ ਸੀ ਨਾ, ਕੁੜੀ ਸੀਗੀ ਉਹਦੀ ਚੰਦੂ ਦੀ, ਉਹਨੂੰ ਵੀ ਸ਼ਰਮ ਆਈ ਵੀ ਇਹ ਕੀ ਕਰ ਰਿਹਾ ਹੈਗਾ ਆਪੇ ਮੇਰਾ, ਜਾਂ ਇਹ ਕੀ ਕਰ ਰਿਹਾ ਹੈਗਾ। ਉਹਨੇ ਵੀ ਉਹ ਸਤਿਗੁਰੂ ਅਰਜਨ ਦੇਵ ਜੀ ਨੂੰ ਪਾਣੀ ਪਿਲਾਇਆ ਅਤੇ ਉਹਨਾਂ ਨੇ ਪੀਤਾ, ਪਰ ਉਹਨਾਂ ਨੇ ਕੁਛ ਉੱਚਾ ਨੀਵਾਂ ਨਹੀਂ ਬੋਲਿਆ ਉਹਨੂੰ, ਚੰਦੂ ਨੂੰ ਜੋ ਕਹਿੰਦੇ ਕੀ ਕਰ ਰਿਹਾ ਠੀਕ ਕਰ ਰਿਹਾ ਹੈਗਾ, ਕਿਉਂ ਜੱਡਾ ਵੱਡਾ ਸਤਿਗੁਰੂ ਹੁੰਦਾ ਓਡੇ ਵੱਡੇ ਤਸੀਹੇ ਮਿਲਦੇ ਨੇ। ਅਤੇ ਜੀਜੇ ਨੂੰ ਤਾਂ ਟੰਗਿਆ ਸੀ ਨਾ, ਅਤੇ ਉਹ ਇੱਕ ਦਿਨ 'ਚ ਹੀ ਮਰ ਗਿਆ ਸੀ, ਸ਼ਾਮ ਤਾਈਂ ਮਰ ਗਿਆ ਸੀ। ਅਤੇ ਇਹ 4 ਦਿਨ ਇਹਨਾਂ ਨੂੰ ਤੱਤੀ ਲੋਹ 'ਤੇ ਬਿਠਾਇਆ ਸੀ, ਕਿਉਂ ਜੱਡਾ ਵੱਡਾ ਸਤਿਗੁਰੂ ਨਾਨਕ ਓਡੇ ਵੱਡੇ ਤਸੀਹੇ। ਅਤੇ ਸਤਿਗੁਰੂ ਤੇਗ ਬਹਾਦਰ ਜੀ 6ਵੇਂ ਸਨ,
ਉਹਨਾਂ ਉਹ ਸੀ ਸਿੱਪਾ ਸਮਾਰ ਸਿੱਖੀ ਦੇ, ਉਹਨਾਂ ਦੇ ਜਿਹੜੇ ਸਲੋਕ ਹੈਗੇ ਜਿੱਦਾਂ ਤਲਵਾਰ ਦੇ ਵਾਰ ਕਰੀਦੇ ਨਾ ਏਦਾਂ ਹੈਗੇ ਨੇ ਖੰਡੇ ਦੇ ਵਾਰ, ਤੇ ਉਹਨਾਂ ਦੇ ਜਿਹੜੇ ਸਿੱਖ ਸੀਗੇ ਉਹ ਸ਼ੀਲਡ ਟੂ ਸਰਵ ਗੋਡ ਸਨ, ਉਹ ਛਿੜਕਣ ਵਾਲੇ ਨਹੀਂ ਸਨ। ਉਹ ਜਿਸ ਗਲੀ ਚ ਗਏ ਸੀ ਹੈਗਾ ਜਾਨ ਆਪਣੀ ਜਾਨ ਤਲੀ ਤੇ ਕਰ ਧਰ ਕੇ ਗਿਆ ਸੀ, ਤੇ ਇਹ ਹੈਗੀ ਇਹਦੀ ਵਿਆਖਿਆ। ਤੇ ਇਹ ਬਾਣੀ ਸਮਝਣ ਜਿਹੜੀ ਆਉਂਦੀ ਹੈਗੀ ਇਹ ਧੁਰਕੀ ਬਾਣੀ ਹੈਗੀ ਜਿਹਦੇ ਮਸਤਕ ਵਿੱਚ ਲਿਖਿਆ ਹੈਗਾ ਇਹ ਉਹਦੇ ਸਮਝ ਆਉਂਦੀ ਹੈਗੀ। ਬਾਕੀ ਦੇ ਤੁਸੀਂ ਗ੍ਰੰਥੀ ਵਗੈਰਾ ਜਿਹੜੇ ਤੁਸੀਂ ਰੱਖੇ ਹੋਏ ਨਾ ਫਿਰ ਗੁਰਦੁਆਰਿਆਂ 'ਚ ਇਹ ਉਲਟੇ ਹੈਗੇ ਨੇ, ਇਹ ਮਨਮੁੱਖ ਹੈਗੇ ਨੇ, ਇਹ ਮਨਮੁੱਖ ਹੈਗੇ ਨੇ, ਇਹ ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ, ਤੁਹਾਨੂੰ ਕੂੜ ਬੋਲਣਗੇ, ਕੂੜ ਮਾਖਿਓ ਕੂੜ ਮਿੱਠਾ ਮਾਖਿਓ ਮਿੱਠਾ। ਅਤੇ 1984 'ਚ ਫਿਰ ਕੂੜ ਦੀਆਂ ਲਹਿਰਾਂ ਚੱਲੀਆਂ ਨਾ, ਜਦੋਂ ਮਾਰੇ ਲੋਕ ਕੂੜ ਡੁੱਬੇ ਪੂਰ ਪੂਰ ਡੁੱਬੇ ਕਿ ਨਾ, ਫਿਰ ਇੱਦਾਂ ਹੀ 1947 'ਚ ਪੂਰ ਡੁੱਬੇ ਨੇ। ਜਿਹਦੇ ਕੋਲ ਹੈਗਾ ਸੱਤ ਹੈਗਾ ਉਹ ਆਪ ਨਿਆਰਾ ਹੁੰਦਾ ਅਤੇ ਦੂਜਿਆਂ ਨੂੰ ਵੀ ਨਿਆਰਾ ਕਰਦਾ ਹੈਗਾ। ਜਿਹਦੇ ਕੋਲ ਸੱਤ ਹੁੰਦਾ ਉਹ ਮਗਰ ਨਹੀਂ ਲਾਉਂਦਾ ਕੋਈ ਆਦਮੀ, ਨਾ ਹੀ ਉਹ ਪੈਸੇ ਨੂੰ ਪੈਂਦਾ ਹੈਗਾ, ਪੈਸੇ ਨੂੰ ਹੱਥ ਲਾਉਂਦਾ। ਅਤੇ ਅੱਗੇ ਤੁਹਾਡੀ ਮਰਜ਼ੀ, ਅਤੇ ਅਕਾਲ ਪੁਰਖ ਦਾ ਦਇਆ, ਜੇ ਤੁਸੀਂ ਹਿੰਮਤ ਕਰੋਗੇ ਅਤੇ ਪ੍ਰਚਾਰ ਕਰੋਗੇ, ਖਾਸ ਕਰਕੇ ਜਿਹੜੇ ਅਮੈਰੀਕਾ 'ਚ ਲੋਕ ਰਹਿੰਦੇ ਨੇ ਜਾਂ ਕਨੇਡਾ 'ਚ ਜਾਂ ਬਾਹਰਲੇ ਮੁਲਕ 'ਚ ਰਹਿੰਦੇ ਨੇ, ਉੱਥੇ ਜੇ ਪ੍ਰਚਾਰ ਕਰੋਗੇ ਤਦ ਬਚੋਗੇ, ਨਹੀਂ ਤਾਂ ਅਗਲਿਆਂ ਨੇ ਠੋਕ ਦੇਣੇ ਨੇ, ਮਾਰ ਦੇਣੇ ਨੇ।